ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਵੈਲਕਮ ਬੈਕ ਟੂ ਸ਼ੇਡਸ ਬਾਈ ਦਿਲਜੋਤ ਯੂਟਿਊਬ ਚੈਨਲ। ਤੁਹਾਡੇ ਸਾਰਿਆਂ ਦਾ ਇੱਕ ਵਾਰ ਫਿਰ ਤੋਂ ਸਵਾਗਤ ਹੈ ਮੇਰੇ ਯੂਟਿਊਬ ਚੈਨਲ 'ਤੇ। ਔਰ ਇਸ ਵਲੌਗ ਦੇ ਵਿੱਚ ਮੈਂ ਸਮਰ ਕਲੈਕਸ਼ਨ ਲੈ ਕੇ ਆਈ ਹਾਂ, ਤਾਂ ਜਲਦੀ ਜਲਦੀ ਫਿਰ ਤੁਸੀਂ ਔਡਰ ਕਰੋ। ਔਰ ਸਭ ਤੋਂ ਪਹਿਲਾਂ ਜਿਹੜਾ ਮੈਂ ਸੂਟ ਲੈ ਕੇ ਆਈ ਹਾਂ, ਇਹ ਵੀ ਨੈਚੁਰਲ ਜੋਰਜੈਟ 'ਤੇ ਆ, ਬਲੈਕ ਕਲਰ 'ਚ ਆ, ਉੱਪਰ ਐਮਬਰੋਇਡਰੀ ਆ, ਵਾਈਟ ਕਲਰ ਦੀ ਕੀਤੀ ਹੋਈ ਹੈ। ਮੈਂ ਤੁਹਾਨੂੰ ਸਾਰੇ ਸੂਟ ਇੱਦਾਂ ਹੀ ਦਿਖਾਊਂਗੀ। ਅਗਰ ਤੁਹਾਨੂੰ ਕੋਈ ਵੀ ਸੂਟ ਓਪਨ ਦੇ ਵਿੱਚ ਚਾਹੀਦਾ ਹੋਏਗਾ ਤਾਂ ਮੈਂ ਸਕਰੀਨ ਦੇ ਉੱਪਰ ਵਟਸਐਪ ਨੰਬਰ ਔਰ ਇੰਸਟਾਗ੍ਰਾਮ ID ਆਲਰੇਡੀ ਦਿੱਤੀ ਹੋਈ ਹੈ, ਤੁਸੀਂ ਉੱਥੇ ਮੈਸੇਜ ਕਰਕੇ ਸੂਟ ਹੈ ਜਿਹੜਾ ਓਪਨ ਦੇ ਵਿੱਚ ਦੇਖ ਸਕਦੇ ਹੋ। ਔਰ ਇਹਦਾ ਨੈੱਕ ਵੀ ਅਸੀਂ ਡਿਜ਼ਾਈਨ ਕੀਤਾ ਹੋਇਆ, ਨੈੱਕ ਲਾਈਨ ਬਹੁਤ ਪਿਆਰੀ ਬਣੀ ਹੋਈ ਹੈ, ਪੂਰੇ ਸ਼ਰਟ ਦੇ ਉੱਪਰ ਕੰਮ ਹੈ। ਔਰ ਜਿੰਨੇ ਵੀ ਸੂਟ ਦਿਖਾਊਂਗੀ ਸਭ ਦੀਆਂ ਬਾਹਾਂ 'ਤੇ ਵੀ ਕੰਮ ਹੋਏਗਾ। ਦੁਪੱਟਾ ਨੈਚੁਰਲ ਜੋਰਜਟ 'ਤੇ ਹੈ, ਦੁਪੱਟੇ ਦੇ ਉੱਪਰ ਵੀ ਐਮਬਰੋਇਡਰੀ ਕੀਤੀ ਹੋਈ ਹੈ, 4-sided ਕੱਟ ਵਰਕ ਹੈ। ਔਰ ਦੁਪੱਟੇ ਦੇ ਵਿੱਚ ਜਿੱਦਾਂ ਤੁਸੀਂ ਦੇਖ ਸਕਦੇ ਹੋ, ਉੱਦਾਂ ਦੀਆਂ ਲਾਈਨਸ ਹੈ ਜਿਹੜੀਆਂ ਡਿਫਰੈਂਟ ਡਿਫਰੈਂਟ ਬਣਾਈਆਂ ਹੋਈਆਂ। ਔਰ ਕੋਈ ਵੀ ਸੂਟ ਆਪਾਂ ਕਿਸੇ ਵੀ ਕਲਰ ਔਰ ਕੋਟਨ 'ਤੇ ਵੀ ਰੈਡੀ ਕਰ ਸਕਦੇ, ਜਿਵੇਂ ਨੈਚੁਰਲ ਜੋਰਜਟ 'ਤੇ ਇਹਨੂੰ ਆਪਾਂ ਕੋਟਨ 'ਤੇ ਵੀ ਬਣਾ ਸਕਦੇ ਹਾਂ। ਔਰ ਇਹ ਵਾਲਾ ਸੂਟ ਮਸਲੀਨ ਕੋਟਨ 'ਤੇ ਆ, ਇਹ ਸੈਮੀ ਸਟਿੱਚ ਆ, ਜਿੰਨੇ ਸੂਟ ਦਿਖਾਉਂਗੀ ਸਾਰੇ ਸੈਮੀ ਸਟਿੱਚ ਹੋਣਗੇ, ਪਿੰਟੈਕਸ ਵਗੈਰਾ ਬਣੇ ਹੋਏ ਆ, ਲੈਸ ਵਗੈਰਾ ਲੱਗੀ ਹੋਈ ਆ, ਬਹੁਤ ਸੋਹਣੇ ਸੂਟ ਆ। ਤੁਸੀਂ ਸਿਰਫ ਸਟਿੱਚ ਕਰਾ ਕੇ ਇਹਨੂੰ ਪਾਉਣਾ ਹੀ ਹੈ, ਕੋਈ ਲੈਸ ਵਗੈਰਾ ਲਗਾਉਣ ਦੀ ਕੋਈ ਵੀ ਤੁਹਾਨੂੰ ਜ਼ਰੂਰਤ ਨਹੀਂ ਹੈ। ਇਹਦੀ ਨੈੱਕ ਲਾਈਨ ਰੈਡੀ ਕੀਤੀ ਹੋਈ ਹੈ, ਆਰੀ ਵਰਕ ਕੀਤਾ ਹੋਇਆ, ਪਿੰਟੈਕਸ ਲੱਗੇ ਹੋਏ ਆ, ਔਰ ਪਿੰਟੈਕਸ ਦੇ ਨਾਲ ਅਸੀਂ ਲੈਸ ਲਗਾਈ ਹੋਈ ਹੈ। ਔਰ ਨਾਲ ਤੁਸੀਂ ਦੇਖ ਸਕਦੇ ਹੋ ਕਿ ਵੇਲ ਜਾ ਰਹੀ ਹੈ, ਇਹ ਘੇਰੇ ਦੇ ਉੱਪਰ ਕੰਮ ਆ ਜਾਂਦਾ ਹੈ, ਬੂਟੇ ਘੇਰੇ ਦੇ ਉੱਪਰ ਆ ਜਾਂਦੇ ਆ। ਬਹੁਤ ਸੋਹਣਾ ਇਹ ਸੂਟ ਹੈ ਔਰ ਕਲਰ ਵੀ ਬਹੁਤ ਸੋਹਣਾ, ਇਹਦੀਆਂ ਬਾਹਾਂ 'ਤੇ ਵੀ ਕੰਮ ਹੈ। ਦੁਪੱਟੇ ਦੀ 4-sided ਕੱਟ ਵਰਕ ਹੈ, ਮਸਲੀਨ ਕੋਟਨ ਦਾ ਹੀ ਦੁਪੱਟਾ, ਔਰ ਕੋਰਨਰ ਦੇ ਵਿੱਚ ਹੈ ਜਿਹੜੀ ਅਸੀਂ ਬੂਟੀ ਦਿੱਤੀ ਹੋਈ ਹੈ। ਔਰ ਇਹ ਵੀ ਸੂਟ ਬਹੁਤ ਹੀ ਜ਼ਿਆਦਾ ਸੋਹਣਾ ਹੈ, ਇਹਨੂੰ ਆਪਾਂ ਜੋਰਜਟ 'ਤੇ ਵੀ ਰੈਡੀ ਕਰ ਸਕਦੇ ਹਾਂ, ਕਿਸੇ ਹੋਰ ਕਲਰ 'ਤੇ ਵੀ ਰੈਡੀ ਕਰ। ਇਹ ਵਾਲਾ ਸੂਟ ਹੈ ਜੋ ਇਹ ਨੈਚੁਰਲ ਜੋਰਜਟ 'ਤੇ ਆ, ਇਹ ਸੂਟ ਬਹੁਤ ਜ਼ਿਆਦਾ ਸੋਹਣਾ ਬਣਿਆ ਹੋਇਆ, ਕਲਰ ਵੀ ਬਹੁਤ ਸੋਹਣਾ। ਇਹਦੀ ਨੈੱਕ ਲਾਈਨ ਦੇਖੋ ਕਿੰਨੀ ਪਿਆਰੀ, ਕਿੰਨੀ ਸਫਾਈ ਦੇ ਨਾਲ ਅਸੀਂ ਬਣਾਈ ਹੋਈ ਹੈ, ਔਰ ਸਾਰਾ ਅਸੀਂ ਆਰੀ ਵਰਕ ਕੀਤਾ ਹੋਇਆ। ਇਹਦਾ ਘੇਰਾ ਵੀ ਅਸੀਂ ਬਹੁਤ ਸੋਹਣਾ ਰੈਡੀ ਕੀਤਾ ਹੋਇਆ, ਇਹ ਇਹਦਾ ਘੇਰਾ ਰੈਡੀ ਕੀਤਾ ਹੋਇਆ, ਆਰੀ ਪਲੱਸ ਪਫ ਵਰਕ, ਬਹੁਤ ਪਿਆਰਾ ਇਹ ਸੂਟ ਬਣਿਆ, ਬਹੁਤ ਡਿਫਰੈਂਟ ਜਿਹਾ ਡਿਜ਼ਾਈਨ ਹੈ। ਦੁਪੱਟਾ ਨੈਚੁਰਲ ਜੋਰਜਟ 'ਤੇ ਆ, ਦੁਪੱਟੇ ਦੇ ਕੋਰਨਰ ਦੇ ਵਿੱਚ ਬੂਟੇ ਆ, ਪਫ ਔਰ ਆਰੀ ਵਰਕ, ਔਰ 4-sided ਜਿਹੜਾ ਕੱਟ ਵਰਕ ਕੀਤਾ ਹੋਇਆ। ਪਿਛਲੀ ਵਾਰੀ ਵੀ ਮੈਂ ਨਵੇਂ ਡਿਜ਼ਾਈਨ ਲੈ ਕੇ ਆਈ ਸੀ, ਤੁਹਾਨੂੰ ਪਤਾ ਹੀ ਆ ਜਿਹੜੇ ਕਿ ਬਹੁਤ ਚੱਲੇ ਸੀ ਔਰ ਬਹੁਤ ਕਾਪੀ ਵੀ ਹੋਏ ਸੀ, ਇਸ ਕਰਕੇ ਐਤਕੀ ਮੈਂ ਨਵੇਂ ਡਿਜ਼ਾਈਨਸ ਲੈ ਕੇ ਆਈ ਹਾਂ। ਚਲੋ ਕਾਪੀ ਤਾਂ ਇਹ ਵੀ ਹੋ ਜਾਣੀ ਆ, ਬਟ ਜਿਹੜੀ ਚੀਜ਼ ਅਸੀਂ ਆਪ ਰੈਡੀ ਕਰ ਲੈਣੀ ਉਹ ਕਿਸੇ ਨੇ ਨਹੀਂ ਰੈਡੀ ਕਰਨੀ। ਔਰ ਇਹ ਵੀ ਤੁਸੀਂ ਦੇਖ ਸਕਦੇ ਹੋ ਸ਼ਰਟ ਦੇ ਉੱਪਰ ਐਮਬਰਾਇਡਰੀ ਹੈ, ਇਹ ਨੈੱਕ ਦੇ ਕੋਲ ਲਾਈਨਸ ਬਣੀਆਂ ਹੋਈਆਂ, ਪਲੱਸ ਨੀਚੇ ਬੂਟੀ ਬਣਾਈ ਹੋਈ ਹੈ, ਔਰ ਘੇਰੇ ਦੇ ਉੱਪਰ ਹੈ ਜਿਹੜਾ ਕੱਟ ਵਰਕ ਕੀਤਾ ਹੋਇਆ, ਔਰ ਦੁਪੱਟੇ ਦੇ 4-sided ਕੱਟ ਵਰਕ ਕਰਦੇ, ਦੁਪੱਟੇ ਦੇ ਕੋਰਨਰ ਦੇ ਵਿੱਚ ਅਸੀਂ ਬੂਟੇ ਬਣਾਏ ਹੋਏ ਆ, ਔਰ ਇਹ ਮਸਲੀਨ ਕੋਟਨ ਦੇ ਆ। ਇਹਨੂੰ ਵੀ ਆਪਾਂ ਕਿਸੇ ਵੀ ਕਲਰ 'ਤੇ ਤਿਆਰ ਕਰ ਸਕਦੇ ਹਾਂ, ਕਿਸੇ ਨੂੰ ਕਿਸੇ ਸੂਟ ਨੂੰ ਵੀ ਕਿਸੇ ਵੀ ਕਲਰ ਔਰ ਕਿਸੇ ਵੀ ਫੈਬਰਿਕ 'ਤੇ ਰੈਡੀ ਕਰ ਸਕਦੇ ਹਾਂ। ਔਰ ਇਹ ਵੀ ਮਸਲੀਨ ਕੋਟਨ 'ਤੇ ਆ, ਨੈੱਕ ਰੈਡੀ ਕੀਤਾ ਹੋਇਆ, ਤੁਸੀਂ ਦੇਖ ਸਕਦੇ ਹੋ ਪਿੰਟੈਕਸ ਹੈ, ਲੈਸ ਆ, ਔਰ ਘੇਰੇ 'ਤੇ ਕੰਮ ਕੀਤਾ ਹੋਇਆ, ਘੇਰੇ ਦੇ ਵਿੱਚ ਮਿਡਲ ਦੇ ਵਿੱਚ ਅਸੀਂ ਬੂਟੇ ਬਣਾਏ ਹੋਏ ਆ, ਔਰ ਬੂਟੀ ਦਿੰਦੇ ਹੋਏ ਨੀਚੇ ਅਸੀਂ ਘੇਰੇ 'ਤੇ ਕੱਟ ਵਰਕ ਕੀਤਾ ਹੋਇਆ। ਔਰ ਇਹਦੇ ਨਾਲ ਜਿਹੜਾ ਦੁਪੱਟਾ ਹਾਫ ਪਿਓਰ ਚਨੌਨ ਦਾ ਮੈਂ ਲਗਾਇਆ, ਦੁਪੱਟੇ ਮੈਂ ਥੋੜ੍ਹੇ ਡਿਫਰੈਂਟ ਡਿਫਰੈਂਟ ਰੱਖਿਆ, ਕਿਉਂਕਿ ਮੈਨੂੰ ਇੱਦਾਂ ਸੀ ਹਰ ਫੈਬਰਿਕ 'ਤੇ ਹੀ ਮੈਂ ਕੋਈ ਨਾ ਕੋਈ ਮਤਲਬ ਦੁਪੱਟੇ ਦੇ ਵੀ ਔਰ ਸੂਟ ਦੇ ਵੀ ਡਿਜ਼ਾਈਨ ਲੈ ਕੇ ਆਵਾਂ। ਦੁਪੱਟੇ ਦੇ 4-sided ਕੱਟ ਵਰਕ ਹੈ, ਕੋਰਨਰ 'ਚ ਬੂਟੇ ਆ, ਔਰ ਲਾਈਕ ਇੱਦਾਂ ਦੀਆਂ ਵਿੱਚ ਲਾਈਨਸ ਆ ਦੁਪੱਟੇ ਦੇ ਵਿੱਚ। ਅਗਰ ਤੁਸੀਂ ਦੁਪੱਟਾ ਮਸਲੀਨ ਕੋਟਨ 'ਤੇ ਕਰਾਉਣਾ ਚਾਹੁੰਦੇ ਹੋ, ਦੁਪੱਟਾ ਮਸਲੀਨ ਕੋਟਨ 'ਤੇ ਵੀ ਹੋ ਜਾਏਗਾ। ਔਰ ਇਹ ਵੀ ਬਹੁਤ ਸੋਹਣਾ ਸੂਟ ਹੈ,
ਨੈਚੁਰਲ ਜੋਰਜਟ ਤੇ ਆ, ਲੈਮਨ ਟੱਚ ਹੈ ਇਹਦੇ 'ਚ, ਹਲਕਾ ਜਿਹਾ ਲੈਮਨ ਟੱਚ ਆ। ਇਹ ਨੈਕ ਦੇ ਉੱਪਰ ਅਸੀਂ ਕੰਮ ਕੀਤਾ ਹੋਇਆ, ਨਾਲ ਅਸੀਂ ਹੈਂਡ ਵਰਕ ਦਾ ਟੱਚ ਦਿੱਤਾ ਹੋਇਆ, ਸਿੱਪੀ ਐਡ ਕੀਤੀ ਹੋਈ ਹੈ, ਬਹੁਤ ਬਰੀਕੀ ਦਾ ਕੰਮ ਹੈ। ਔਰ ਇਹਦਾ ਘੇਰਾ ਵੀ ਬਹੁਤ ਸੋਹਣਾ ਬਣਿਆ ਹੋਇਆ ਘੇਰਾ, ਤੁਸੀਂ ਦੇਖ ਸਕਦੇ ਹੋ। ਅਸੀਂ ਬੇਸ ਲਾਈਟ ਰੱਖਦੇ ਹੋਏ ਕਲਰ ਹੈ ਜਿਹੜੇ ਵਿੱਚ ਡਾਰਕ ਯੂਜ਼ ਕੀਤੇ ਹੋਏ ਆ। ਬਾਕੀ ਸ਼ਰਟ ਦੇ ਵਿੱਚ ਬੂਟੀ ਹੈ, ਔਰ ਇਹਦੀ ਬੋਟਮ 'ਤੇ ਵੀ ਅਸੀਂ ਐਮਬਰੋਇਡਰੀ ਕੀਤੀ ਹੋਈ ਹੈ ਜਿੱਦਾਂ ਕਿ ਅਸੀਂ ਸਲੀਵਸ 'ਤੇ ਕੀਤੀ ਹੋਈ ਹੈ। ਔਰ ਇਹ ਦੁਪੱਟਾ ਰੈਡੀ ਕੀਤਾ ਹੋਇਆ ਸੀ, ਦੁਪੱਟਾ ਵੀ ਇਹਦਾ ਬਹੁਤ ਸੋਹਣਾ ਨੈਚੁਰਲ ਜੋਰਜਟ 'ਤੇ ਆ। ਕੋਰਨਰ ਦੇ ਵਿੱਚ ਬੂਟੇ ਆ, ਔਰ ਫੋਰ ਸਾਈਡ ਆ ਜਿਹੜੀ ਕੱਟਵਰਕ ਕਰਦੇ ਹੋਏ ਜਿਹੜਾ ਅਸੀਂ ਦੁਪੱਟੇ ਨੂੰ ਫਿਨਿਸ਼ ਕੀਤਾ। ਇਹ ਵੀ ਫੋਟੋ ਅਗਰ ਤੁਹਾਨੂੰ ਓਪਨ ਦੇ ਵਿੱਚ ਚਾਹੀਦੀ ਹੋਈ ਅਸੀਂ ਜ਼ਰੂਰ ਤੁਹਾਡੇ ਨਾਲ ਸ਼ੇਅਰ ਕਰਾਂਗੇ। ਇਹ ਸੂਟ ਬਹੁਤ ਹੀ ਪਿਆਰਾ ਬਣਿਆ ਹੋਇਆ, ਬਹੁਤ ਹੀ ਪਿਆਰਾ ਬਣਿਆ। ਇਹਨੂੰ ਆਪਾਂ ਕਿਸੇ ਵੀ ਕਲਰ ਦੇ ਉੱਪਰ ਤਿਆਰ ਕਰ ਸਕਦੇ ਹਾਂ। ਔਰ ਇਹ ਅਸੀਂ ਕੋਪਰ ਟੋਨ 'ਤੇ ਰੈਡੀ ਕੀਤਾ, ਨੈਚੁਰਲ ਜੋਰਜਟ 'ਤੇ ਆ। ਇਹਦੇ ਵਿੱਚ ਜਸਟ ਅਸੀਂ ਬੂਟੇ ਆ, ਔਰ ਦੋ ਵੇਲਸ ਆ, ਔਰ ਘੇਰੇ ਦੇ ਉੱਪਰ ਜਿੱਦਾਂ ਅਸੀਂ ਕੰਮ ਕੀਤਾ ਹੋਇਆ, ਔਰ ਇਹਦੀਆਂ ਵੀ ਬਾਹਾਂ 'ਤੇ ਕੰਮ ਕੀਤਾ ਹੋਇਆ। ਇਹ ਆਰੀ ਔਰ ਪਫ ਮਿਕਸ ਕੰਮ ਕੀਤਾ ਹੋਇਆ। ਦੁਪੱਟਾ ਨੈਚੁਰਲ ਜੋਰਜਟ 'ਤੇ ਆ, ਦੁਪੱਟੇ ਦੇ ਕੋਰਨਰ ਦੇ ਵਿੱਚ ਬੂਟੇ ਆ, ਔਰ ਫੋਰ ਸਾਈਡ ਕੱਟਵਰ ਕਰਦੇ ਹੋਏ ਦੁਪੱਟੇ ਨੂੰ ਅਸੀਂ ਫਿਨਿਸ਼ ਕੀਤਾ। ਔਰ ਇਹ ਵੀ ਬਹੁਤ ਹੀ ਪਿਆਰਾ ਜਿਹੜਾ ਸੂਟ ਬਣਿਆ ਹੋਇਆ। ਔਰ ਇਹਨੂੰ ਵੀ ਆਪਾਂ ਮਸਲੀਨ ਕੋਟਨ 'ਤੇ ਰੈਡੀ ਕਰ ਸਕਦੇ ਹਾਂ। ਇਹ ਸੂਟ ਮੈਂ ਤੁਹਾਡੇ ਸਾਰਿਆਂ ਨਾਲ ਸ਼ੇਅਰ ਕਰ ਚੁੱਕੀ ਹਾਂ, ਮੈਂ ਇੱਕ ਵਾਰੀ ਫਿਰ ਵੀ ਤੁਹਾਨੂੰ ਦਿਖਾ ਰਹੀ ਹਾਂ। ਇਹ ਵੀ ਫੋਟੋ ਅਸੀਂ ਓਪਨ ਦੇ ਵਿੱਚ ਤੁਹਾਡੇ ਨਾਲ ਸ਼ੇਅਰ ਕਰ ਸਕਦੇ ਹਾਂ। ਨੈਚੁਰਲ ਜੋਰਜਟ 'ਤੇ ਸੂਟ ਰੈਡੀ ਹੈ, ਬੋਟਮ 'ਤੇ ਵੀ ਐਮਬਰੋਇਡਰੀ, ਬਹੁਤ ਪਿਆਰਾ ਸੂਟ ਹੈ ਵੀ। ਔਰ ਇਹ ਵੀ ਅਸੀਂ ਮਸਲੀਨ ਕੋਟਨ 'ਤੇ ਰੈਡੀ ਕੀਤਾ ਹੋਇਆ। ਕੁਛ ਇਸ ਤਰੀਕੇ ਨਾਲ ਨੈਕ ਬਣੇਗਾ ਸੂਟ ਦਾ, ਔਰ ਪਿੰਟੈਕਸ ਔਰ ਲੈਸ ਦੇ ਨਾਲ ਆਰੀ ਵਰਕ ਕਰਦੇ ਹੋਏ ਅਸੀਂ ਜਿਹੜਾ ਇਹ ਸੂਟ ਨੂੰ ਤਿਆਰ ਕੀਤਾ ਹੋਇਆ। ਬਹੁਤ ਬਰੀਕੀ ਦਾ ਕੰਮ ਹੈ, ਸਫਾਈ ਦੇ ਨਾਲ ਪੂਰਾ ਅਸੀਂ ਕੰਮ ਕੀਤਾ ਹੋਇਆ, ਤੁਸੀਂ ਦੇਖ ਸਕਦੇ ਹੋ। ਘੇਰੇ ਦੇ ਉੱਪਰ ਕੱਟਵਰਕ ਕਰਦੇ ਹੋਏ ਘੇਰੇ ਨੂੰ ਫਿਨਿਸ਼ ਕੀਤਾ। ਬਾਹਾਂ 'ਤੇ ਵੀ ਕੰਮ ਹੈ, ਦੁਪੱਟਾ ਮਸਲੀਨ ਕੋਟਨ ਦਾ, ਕੋਰਨਰ 'ਚ ਬੂਟੇ ਆ, ਔਰ ਫੋਰ ਸਾਈਡ ਹੈ ਜਿਹੜੀ ਅਸੀਂ ਕੱਟਵਰਕ ਕਰਦੇ ਹੋਏ ਜਿਹੜਾ ਦੁਪੱਟੇ ਨੂੰ ਫਿਨਿਸ਼ ਕੀਤਾ। ਔਰ ਇਹ ਵੀ ਬਹੁਤ ਪਿਆਰਾ ਸੂਟ ਬਣਿਆ, ਔਰ ਇਹਨੂੰ ਵੀ ਆਪਾਂ ਕਿਸੇ ਵੀ ਕਲਰ ਔਰ ਕਿਸੇ ਵੀ ਫੈਬਰਿਕ ਦੇ ਉੱਪਰ ਰੈਡੀ ਕਰ ਸਕਦੇ ਹਾਂ। ਔਰ ਇਹ ਸੀਗਾ ਮੇਰਾ ਅੱਜ ਦਾ ਵਲੋਗ, ਹੁਣ ਮੈਂ ਤੁਹਾਨੂੰ ਮਿਲਾਂਗੀ ਆਪਣੇ ਅਗਲੇ ਵਲੋਗ ਦੇ ਵਿੱਚ। ਜੀ ਤੁਹਾਡੇ ਸਾਰਿਆਂ ਦੇ ਅੱਗੇ ਰਿਕੁਐਸਟ ਹੈ ਕਿ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ, ਤਾਂ ਜੋ ਅਸੀਂ ਹੁਣ ਸਮਰ ਦੀ ਕਲੈਕਸ਼ਨ ਲੈ ਕੇ ਆ ਰਹੇ ਹਾਂ ਅੱਗੇ ਵੀ। ਔਰ ਅਗਰ ਤੁਸੀਂ ਸਾਡੇ ਨਾਲ ਜੁੜੇ ਰਹਿਣਾ ਚਾਹੁੰਦੇ ਹੋ ਤਾਂ ਉਹਦੇ ਲਈ ਤੁਹਾਨੂੰ ਮੇਰਾ ਚੈਨਲ ਸਬਸਕ੍ਰਾਈਬ ਕਰਨਾ ਪਏਗਾ, ਕਿਉਂਕਿ ਜਿੰਨੇ ਵੀ ਅਸੀਂ ਨਵੀਂ ਕਲੈਕਸ਼ਨ ਸ਼ੇਅਰ ਕਰਾਂਗੇ ਆਲਰੇਡੀ ਤੁਹਾਡੀ ਸਕਰੀਨ 'ਤੇ ਤੁਹਾਨੂੰ ਆਪਣੇ ਆਪ ਸ਼ੋਅ ਹੁੰਦੀ ਰਹੇਗੀ। ਪਲੱਸ ਮੇਰੀ ਵੀਡੀਓ ਨੂੰ ਲਾਈਕ, ਸ਼ੇਅਰ ਅਤੇ ਕਮੈਂਟ ਜ਼ਰੂਰ ਕਰਨਾ। ਹੁਣ ਮੈਂ ਤੁਹਾਨੂੰ ਮਿਲਾਂਗੀ ਆਪਣੇ ਅਗਲੇ ਵਲੌਗ ਦੇ ਵਿੱਚ। ਇਹ ਵਲੌਗ ਬਣਾਉਂਦੇ ਹੋਏ ਅਗਰ ਮੇਰੇ ਤੋਂ ਕੋਈ ਗਲਤੀ ਹੋਈ ਹੋਵੇ ਤਾਂ ਮੈਨੂੰ ਮਾਫ਼ ਕਰ।